ਸਾਤਰੀ ਕਾਲ ਦੋਸਤੋ ਬਸ ਪੰਜ ਮੇਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੱਲ ਹੋ ਰਹੀ ਹੈ ਹਾਲੈਂਡ ਦੀ ਜਿਸ ਨੂੰ ਕਿ ਦ ਨੀਦਰਲੈਂਡਸ ਵੀ ਕਿਹਾ ਜਾਂਦਾ ਹੈ ਐਮਸਟਰਡਮ ਤਾਸੀਂ ਪਿਛਲੀ ਸ਼ਾਮ ਹੀ ਪਹੁੰਚ ਗਏ ਸਾਂ ਕਿਵੇਂ ਬੀਤੀ ਸੀ ਸਾਡੀ ਪਹਿਲੀ ਰਾਤ ਉਹ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਅੱਜ ਅਸੀਂ ਗੁਰਦੁਆਰਾ ਸਾਹਿਬ ਵਿੱਚ ਆ ਚੁੱਕੇ ਸਾਂ ਗੁਰਦੁਆਰਾ ਸਾਹਿਬ ਵਿੱਚ ਕਾਫੀ ਰੌਣਕ ਸੀ ਬਹੁਤ ਸਾਰੇ ਨੌਜਵਾਨ ਜਿਹੜੇ ਐਸਪੈਸ਼ਲੀ ਪੰਜਾਬ ਤੋਂ ਆਏ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਰਹਿ ਰਹੇ ਸਨ ਤੇ ਆਪਣਾ ਆਪਣਾ ਕੇਸ ਪਲੀਟ ਕਰਨ ਲੱਗੇ ਹੋਏ ਸਨ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਪੋਲੀਟਿਕਲ ਅਸਾਈਲਮ ਮਿਲ ਜਾਵੇ ਉਹਨਾਂ ਦੇ ਨਾਲ ਨਾਲ ਜਿਹੜੇ ਹਾਲੈਂਡ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਹਨ ਸਿੱਖ ਪਰਿਵਾਰ ਜਾਂ Hindu ਪਰਿਵਾਰ ਉਹ ਵੀ ਸੰਡੇ ਦੇ ਸੰਡੇ ਗੁਰਦੁਆਰਾ ਸਾਹਿਬ ਵਿੱਚ ਨਾਮਸਤਕ ਹੋਣ ਆਉਂਦੇ ਹਨ ਤੇ ਚੰਗਾ ਰੌਣਕ ਮੇਲਾ ਸੀ ਸਮਾਗਮ ਸ਼ੁਰੂ ਹੋ ਚੁੱਕਿਆ ਸੀ ਤੇ ਅਸੀਂ ਚਾਹ ਦਾ ਲੰਗਰ ਛੱਕ ਕੇ ਸੰਗਤ ਵਿੱਚ ਜੁੜ ਬੈਠ ਗਏ ਔਰ ਜਦੋਂ ਭੋਗ ਪਿਆ ਉਸ ਤੋਂ ਬਾਅਦ ਲੰਗਰ ਦੀ ਸੇਵਾ ਸ਼ੁਰੂ ਹੋਈ ਤਾਂ ਉਹ ਨੌਜਵਾਨ ਜਿਹੜੇ ਸਾਨੂੰ ਲੱਗ ਰਿਹਾ ਸੀ ਕਿ ਪੰਜਾਬੋਂ ਆਏ ਹਨ ਅਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੀ ਟਿਕੇ ਹੋਏ ਹਨ ਉਹ ਬੜੀ ਸੇਵਾ ਵਿੱਚ ਜੁਟ ਗਏ ਸਾਨੂੰ ਵੀ ਲੰਗਰ ਛਕਾਇਆ ਸਭ ਨੇ ਲੰਗਰ ਛਕਾਇਆ ਉਸ ਤੋਂ ਬਾਅਦ ਜਿਉਂ ਹੀ ਲੰਗਰ ਸਮਾਪਤ ਹੋਇਆ ਤੇ ਉਹ ਸਾਰੇ ਨੌਜਵਾਨ 7-8 ਹੋਣਗੇ ਉਹ ਸਾਡੇ ਆਲੇ-ਦੁਆਲੇ ਜੁੜ ਬੈਠ ਗਏ ਤੇ ਜਸਪਾਲ ਪੱਟੀ ਨੂੰ ਕਹਿਣ ਲੱਗੇ ਕਿ ਜੀ ਅਸੀਂ ਤੁਹਾਡੀਆਂ ਗੱਲਾਂ ਸੁਣ ਲਿਆ ਨੇ ਤੁਸੀਂ ਆਪਣੇ ਗੱਲਾਂ ਸੁਣਾਓ ਅਸੀਂ ਤੁਹਾਡੇ ਪ੍ਰੋਗਰਾਮ ਜਿਹੜਾ ਇੰਡੀਆ ਵਿੱਚ ਸਾ ਤੇ ਕੱਚ ਦੇ ਮੰਦਰਾਂ ਰੰਗ ਚ ਪੰਗ ਮਾਹੌਲ ਠੀਕ ਹੈ ਸਾਰੇ ਬੜੇ ਪ੍ਰੋਗਰਾਮ ਅਸੀਂ ਇੰਜੋਏ ਕਰਦੇ ਸਾਂ ਬੜਾ ਸਾਡਾ ਸਾਡੇ ਖੁਸ਼ ਨਸੀਬ ਨੇ ਸਾਡੇ ਭਾਗ ਚੰਗੇ ਨੇ ਕਿ ਸਾਨੂੰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੁਹਾਡੇ ਨਾਲ ਜੁੜ ਬੈਠਣ ਦਾ ਮੌਕਾ ਮਿਲਿਆ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਜਸਪਾਲ ਪੱਟੀ ਹੋਰਾਂ ਨੂੰ ਘੇਰ ਲਿਆ ਜਸਪਾਲ ਪੱਟੀ ਹੋਰੀ ਵੀ ਆਪਣੇ ਗੱਲਾਂ ਸੁਣਾਉਣ ਲੱਗ ਗਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਸੁਣਾਓ ਵੀ ਤੁਸੀਂ ਇੱਥੇ ਕਿਵੇਂ ਆਏ ਕਿਸ ਤਰ੍ਹਾਂ ਰਹਿ ਰਹੇ ਹੋ ਕੀ ਹੋ ਰਿਹਾ ਕੀ ਸੋਚ ਕੇ ਤੁਸੀਂ ਇੱਥੇ ਟਿਕੇ ਹੋਏ ਹੋ ਉਹਨਾਂ ਵਿੱਚੋਂ ਇੱਕ ਸੱਜਣ ਜਿਹੜੇ ਨੌਜਵਾਨ ਜੋ ਬਹੁਤ ਐਕਟਿਵਲੀ ਲੰਗਰ ਦੀ ਸੇਵਾ ਕਰ ਰਹੇ ਸਨ ਔਰ ਉਹ ਉਹਨਾਂ ਦੇ ਲਗਭਗ ਜਿਹੜੇ ਨੌਜਵਾਨ ਸਨ ਉਹਨਾਂ ਦੇ ਮੁਖੀ ਹੀ ਜਾਪਦੇ ਸਨ ਉਹਨਾਂ ਨੇ ਕਿਹਾ ਜੀ ਮੇਰੀ ਤੁਸੀਂ ਕਥਾ ਸੁਣੋ ਹੈ ਤੇ ਬੜੀ ਇਹ ਦਿਲਚਸਪ ਮੇਰੇ ਲਈ ਤਾਂ ਬੜੀ ਪੇਨਫੁੱਲ ਵੀ ਰਹੀ ਹੈ ਔਰ ਬਹੁਤ ਸੰਘਰਸ਼ਪੂਰਨ ਵੀ ਰਹੀ ਹੈ ਲੇਕਿਨ ਤੁਸੀਂ ਮੇਰੀ ਕਥਾ ਸੁਣੋਗੇ ਤੇ ਮੇਰੀ ਕਥਾ ਤੇ ਇਹਨਾਂ ਸਾਰਿਆਂ ਦੀ ਕਥਾ ਇੱਕ ਬਰਾਬਰ ਹੀ ਹੈ ਤੇ ਜਿਸ ਵਾਰ ਉਹ ਰਾਣੇ ਕਿਹਾ ਦੱਸੋ ਤੁਹਾਡੀ ਕੀ ਕਹਾਣੀ ਹੈ ਤੁਸੀਂ ਸੁਣਾਓ ਆਪਣੀ ਕਹਾਣੀ ਆਪਣੀ ਜਵਾਨੀ ਉਹਨਾਂ ਨੇ ਕਹਿਣ ਲੱਗੇ ਕਿ ਜੀ ਮੈਂ ਤਾਂ 5-6 ਸਾਲ ਪਹਿਲਾਂ ਇੰਡੀਆ ਤੋਂ ਆਇਆ ਸੀ ਉੱਥੇ ਮੈਨੂੰ ਇੱਕ ਏਜੰਟ ਨੇ ਜਿਹੜੀ ਟ੍ਰੇਨਿੰਗ ਦਿੱਤੀ ਸੀ ਉਹਨੇ ਮੈਨੂੰ ਕਹਿ ਦਿੱਤਾ ਸੀ ਕਿ ਜੇ ਕਦੇ ਤੁਸੀਂ ਫੜੇਗੇ ਉੱਥੇ ਕ੍ਰਾਸ ਕਰਦੇ ਕੰਟਰੀ ਤੋਂ ਦੂਜੀ ਕੰਟਰੀ ਨੂੰ ਤੁਸੀਂ ਬਿਲਕੁਲ ਘੁੱਗੂ ਬਣ ਜਾਣਾ ਜੋ ਚੀਜ਼ ਤੁਹਾਨੂੰ ਕਹਿਣ ਉਹ ਤੁਸੀਂ ਕਹਿਣਾ ਨੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਯੂ نو ਇੰਗਲਿਸ਼ ਨੋ ਇੰਗਲਿਸ਼ ਯੂ نو ਹਿੰਦੀ ਨੋ ਹਿੰਦੀ ਯੂ نو ਉਰਦੂ ਨੋ ਉਰਦੂ ਇੰਡੀਆ ਨੋ ਇੰਡੀਆ ਉਹਨਾਂ ਨੇ ਕਿਹਾ ਫਿਰ ਤੁਸੀਂ ਕਹਿਣਾ ਕੀ ਆ ਕਹਿੰਦਾ ਬਸ ਉਹਨਾਂ ਨੇ ਕਿਹਾ ਤੁਸੀਂ ਕਹਿਣਾ ਨੋ ਜੋ ਗੱਲ ਕਹਿਣ ਨੋ ਕਹਿੰਦਾ ਜੀ ਚਲੋ ਅਸੀਂ ਹਾਲੈਂਡ ਪਹੁੰਚ ਗਏ ਜਰਮਨੀ ਦੇ ਵਿੱਚੋਂ ਰਾਈਨ ਰਿਵਰ ਦੇ ਥਰੂ ਕਰਾਸ ਕਰਕੇ ਮੂਵ ਕਰਦੇ ਬੜੀ ਮੁਸ਼ਕਲਾਂ ਆਇਆ ਥੇ ਹਾਲੈਂਡ ਫੋਨ ਜਾਈ ਹਾਲੈਂਡਸ ਹਨ ਉਹਨਾਂ ਦਾ ਏਜੰਟ ਮਿਲਿਆ ਤੇ ਉਹਨੇ ਕਿਹਾ ਕਿ ਮੈਂ ਤੁਹਾਨੂੰ ਸੁਰਨਾਮੀ ਪਾਸਪੋਰਟ ਦਵਾਵਾਂਗਾ ਜਿੱਤੇ ਜਿਹੜੀ ਤਸਵੀਰ ਲੱਗੀ ਹੋਈ ਹੈ ਤਸਵੀਰ ਬਦਲ ਦਿਆਂਗੇ ਤੇ ਤੁਸੀਂ ਤੁਹਾਨੂੰ ਜਹਾਜ਼ ਚੜਾ ਦੇਵਾਂਗੇ ਪਰ ਜਹਾਜ਼ ਤੁਹਾਨੂੰ ਐਮਸਟਰਡਮ ਤੋਂ ਨਹੀਂ ਚੜਾਵਾਂਗੇ ਬਿਕਾਜ਼ ਤੁਹਾਨੂੰ ਡੱਚ ਨਹੀਂ ਬੋਲਣੀ ਆਉਂਦੀ ਕਿਉਂਕਿ ਜਦੋਂ ਤੁਸੀਂ ਐਮਸਟਰਡਮ ਤੋਂ ਚੜੋਗੇ ਜਹਾਜ਼ ਤਾਂ ਤੁਹਾਨੂੰ ਉਹ ਸਵਾਲ ਪੁੱਛਣਗੇ ਡੱਚ ਵਿੱਚ ਕਿਉਂਕਿ ਤੁਸੀਂ ਤਾਂ ਸੁਰਨਾਮੀ ਹੋ ਸੁਰਨਾਮੀ ਡੱਚ ਕਲੋਨੀ ਸੀ ਤੇ ਉੱਥੇ ਡੱਚ ਬੋਲੀ ਜਾਂਦੀ ਹੈ ਟੈਸਟ ਕਰਕੇ ਤੁਹਾਡਾ ਉਥੋਂ ਸਾਰਾ ਚੈੱਕ ਕਰਾ ਕੇ ਪਾਸਪੋਰਟ ਤੁਹਾਨੂੰ ਅਸੀਂ ਬਾਈ ਟ੍ਰੇਨ ਸਵਿਟਜ਼ਰਲੈਂਡ ਲੈ ਆਵਾਂਗੇ ਸਵਿਟਜ਼ਰਲੈਂਡ ਤੋਂ ਤੁਹਾਨੂੰ ਜਹਾਜ਼ ਚੜਾਵਾਂਗੇ ਤੇ ਉਹਨਾਂ ਨੇ ਕਿਹਾ ਠੀਕ ਹੈ ਜਿੱਦਾਂ ਤੁਸੀਂ ਕਰੋ ਸਾਨੂੰ ਤਾਂ ਬਸ ਅਮਰੀਕਾ ਭੇਜੋ ਕਹਿੰਦੇ ਰਸਤੇ ਵਿੱਚ ਟ੍ਰੇਨ ਵਿੱਚ ਛਾਪਾ ਪਿਆ ਪੁਲਿਸ ਦਾ ਤੇ ਉਹ ਸਿੰਘ ਸਾਹਿਬ ਕਹਿਣ ਲੱਗੇ ਕਿ ਮੈਂ ਫਸ ਗਿਆ ਮੈਨੂੰ ਉਹਨਾਂ ਨੇ ਪੁੱਛਿਆ ਆਰ ਯੂ ਫਰਮ ਇੰਡੀਆ ਕਹਿੰਦੇ 노 ਇੰਡੀਆ ਆਰ ਯੂ ਫਰਮ ਬੰਗਲਾਦੇਸ਼ ਕਹਿੰਦੇ 노 ਬੰਗਲਾਦੇਸ਼ ਆਰ ਯੂ ਫਰਮ ਸ਼੍ਰੀਲੰਕਾ ਕਹਿੰਦੇ 노 ਸ਼੍ਰੀਲੰਕਾ ਆਰ ਯੂ ਫਰਮ ਪਾਕਿਸਤਾਨ ਕਿ ਨੋ ਪਾਕਿਸਤਾਨ ਉਹਨਾਂ ਨੇ ਕਹਿੰਦੇ ਜੀ ਮੈਨੂੰ ਲਿਆ ਕੇ ਸਵਿਟਜ਼ਰਲੈਂਡ ਲਿਆ ਕੇ ਤੇ ਮੈਨੂੰ ਚੰਗੀ ਮੇਰੀ ਇੰਟਰੋਗੇਸ਼ਨ ਕੀਤੀ ਮੇਰੀ ਸੇਵਾ ਭਗਤ ਬੜੀ ਕੀਤੀ ਯਾਨੀ ਕੁੱਟ ਮਾਰ ਦੀ ਬੜੀ ਸੇਵਾ ਕੀਤੀ ਤੇ ਮੈਨੂੰ ਬੜਾ ਉਹਨਾਂ ਨੇ ਤਸੀਹੇ ਦਿੱਤੇ ਤੇ ਮੈਨੂੰ ਪੂਰੇ ਕੋਸ਼ਿਸ਼ ਕੀਤੀ ਕਿ ਮੈਨੂੰ ਉਹ ਬ੍ਰੇਕ ਕਰ ਲੈਣ ਤੇ ਮੈਨੂੰ ਕਹਿੰਦੇ ਤੂੰ ਕਿੱਥੋਂ ਆਇਆ ਕਹਿੰਦਾ ਬਸ ਮੈਂ ਇੱਕੋ ਗੱਲ ਕਹੀ ਬੰਗਲਾਦੇਸ਼ ਤੇ ਕਹਿੰਦੇ ਉਹਨਾਂ ਨੇ ਪੁੱਛਿਆ ਆਰ ਯੂ ਫਰਮ ਢਾਕਾ ਉਹਨਾਂ ਕਹਿੰਦਾ ਨੋ ਢਾਕਾ ਯੂ ਸਪੀਕ ਬੰਗਲਾ ਨੋ ਬੰਗਲਾ ਉਹਨੇ ਕਿਹਾ ਜੇ ਤੈਨੂੰ ਢਾਕੇ ਦਾ ਹੀ ਨਹੀਂ ਪਤਾ ਬੰਗਲਾ ਦਾ ਹੀ ਨਹੀਂ ਪਤਾ ਤੂੰ ਬੰਗਲਾਦੇਸ਼ੀ ਕਿਵੇਂ ਹੋ ਸਕਦਾ ਕਹਿੰਦੇ ਉਹਨਾਂ ਨੇ ਟਾਰਚਰ ਹੋਰ ਵੀ ਕੀਤਾ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਇਹ ਬੰਗਲਾਦੇਸ਼ੀ ਨਹੀਂ ਉਹਨਾਂ ਨੇ ਮੈਨੂੰ ਜਹਾਜ਼ ਲਾ ਕੇ ਬੰਬੇ ਭੇਜ ਦਿੱਤਾ ਕਿ ਇਹ ਤਾਂ ਹਿੰਦੁਸਤਾਨ ਦਾ ਕੋਈ ਟੈਰਰਿਸਟ ਹੈ ਕਹਿੰਦੇ ਬੰਬੇ ਆਇਆ ਬੰਬੇ ਪੁਲਿਸ ਨੇ ਮੈਨੂੰ ਬਹੁਤ ਇਨਟੈਰੋਗੇਟ ਕੀਤਾ ਕੁੱਟਿਆ ਮਾਰਿਆ ਪੁੱਛਿਆ ਤੂੰ ਕੌਣ ਹੈ ਕਹਿੰਦਾ ਮੈਂ ਬਸ ਉਹੀ ਸਟੈਂਡ ਹੀ ਰੱਖਿਆ ਕਿ ਨੋ ਨੋ ਕਹਿੰਦਾ ਬੰਬੇ ਨੇ ਮੈਨੂੰ ਬੰਬੇ ਪੁਲਿਸ ਨੇ ਮੈਨੂੰ ਕਰਕੇ ਟਾਰਚਰ ਮੈਨੂੰ ਦਿੱਲੀ ਭੇਜਤਾ ਦਿੱਲੀੋਂ ਮੈਨੂੰ ਤਾਰਚਰ ਹੋ ਗਏ ਫੇਰ ਮੈਨੂੰ ਵਾਪਸ ਉਹਨਾਂ ਨੇ ਕਹਤਾ ਵੀ ਇਹ ਬੰਦਾ ਇੰਡੀਆ ਦਾ ਨਹੀਂ ਲੱਗਦਾ ਇਹ ਤਾਂ ਕੁਝ ਬੋਲਦਾ ਹੀ ਨਹੀਂ ਇਹਨੂੰ ਜਿੰਨਾ ਮਰਜ਼ੀ ਤਾਰਚਰ ਕਰ ਲੋ ਇਹ ਵਾਪਸ ਕਹਿੰਦੇ ਵਾਪਸ ਮੈਨੂੰ ਭੇਜਤਾ ਤੇ ਮੈਂ ਹੁਣ ਇੱਥੇ ਆ ਗਿਆ ਔਰ ਇੱਥੇ ਗੁਰਦੁਆਰਾ ਸਾਹਿਬ 'ਚ ਰਹਿ ਰਿਹਾ ਤੇ ਮੈਂ ਹੁਣ ਜਿੱਦਣ ਮੇਰੀ ਇਮੀਗ੍ਰੇਸ਼ਨ ਹੋਈ ਤੇ ਮੈਂ ਅਮਰੀਕਾ ਜਾਣਾ ਜੀ ਐਨੀ ਮੈਨੂੰ ਮਾਰ ਪੈ ਗਈ ਬਾਕੀ ਜਿਹੜੇ ਨੌਜਵਾਨ ਸਨ ਉਹ ਉਹਨੂੰ ਸੰਤ ਕੰਬਲੀ ਵਾਲਾ ਕਹਿੰਦੇ ਸਨ ਵੀ ਇਹ ਦੇਖੋ ਇਹਨਾਂ ਨੇ ਕਿੰਨੇ ਜ਼ੁਲਮ ਸੇ ਹੈ ਪਰ ਇਹ ਮੰਨੇ ਨਹੀਂ ਹੋ ਰਹੇ ਪੱਕੇ ਰਹੇ ਨੇ ਇਸ ਕਰਕੇ ਹੀ ਵਾਪਸ 13 ਨੂੰ ਉਹਨਾਂ ਨੇ ਵਾਪਸ ਭੇਜ ਦਿੱਤਾ ਹੈ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਤੋਂ ਹੁਕਮ ਦੇ ਫਿਰ ਤੇ ਵਾਪਸ ਗੁਰਦੁਆਰਾ ਸਾਹਿਬ ਹਾਉਲੈਂਡ ਚ ਪਹੁੰਚ ਗਏ ਸਨ ਸੋ ਇਹ ਤਾਂ ਸੀ ਇੱਕ ਨੌਜਵਾਨ ਇੱਕ ਨੌਜਵਾਨ ਹੋਰ ਸਨ ਉਹ ਕਹਿੰਦੇ ਜੀ ਮੈਨੂੰ ਤਾਂ 5-6 ਸਾਲ ਹੋ ਗਏ ਨੇ ਇੰਡੀਆ ਤੋਂ ਨਿਕਲੇ ਤੇ ਨਾ ਤੇ ਮੈਨੂੰ ਆਪਣੀ ਫੈਮਿਲੀ ਨਾਲ ਕੋਈ ਕੰਟੈਕਟ ਹੈ ਮੈਂ ਮੁੱਕਗੇ ਦੇ ਲਾਗੇ ਦਾ ਮੈਂ ਕਿਸਾ ਮੇਰਾ ਪਿੰਡ ਆ ਉੱਥੋਂ ਮੈਂ ਨਿਕਲਿਆ ਤੇ ਮੈਂ ਤਾਂ ਅਮਰੀਕਾ ਜਾਣਾ ਤੇ ਹੁਣ ਮੇਰੇ ਪੈਸੇ ਵੀ ਖਤਮ ਹੋ ਗਏ ਨੇ ਲੇਕਿਨ ਮੈਂ ਆਪਣਾ ਜਿਹੜੀ ਕੋਸ਼ਿਸ਼ ਆ ਛੱਡੀ ਨਹੀਂ ਤੇ ਮੈਂ ਤਾਂ ਹੁਣ ਅਮਰੀਕਾ ਜਾਣਾ ਤੇ ਇੱਥੇ ਜਿੰਨਾ ਦੇ ਮੇਰਾ ਸ਼ਰਨਾਰਥੀ ਦਾ ਪੋਲਿਟਿਕਲ ਸ਼ਰਨਾਰਥੀ ਜਾਂ ਪੋਲਿਟਿਕਲ ਸਾਈਲਮ ਨਹੀਂ ਮਿਲਦਾ ਤੇ ਮੈਂ ਹੁਣ ਚੋਰੀ ਕੰਮ ਕਰਦਾ ਹਾਂ ਹੋਟਲ ਤੇ ਰੈਸਟੋਰੈਂਟ ਵਿੱਚ ਗੇਟਰ ਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਸਾਨੂੰ ਸੁਣਾਉਣੇ ਸ਼ੁਰੂ ਕੀਤੇ ਆ ਤੇ ਸਾਨੂੰ ਕਹਿਣ ਲੱਗੇ ਵੀ ਤੁਸੀਂ ਰੁਕੇ ਕਿੱਥੇ ਹੋ ਅਜਿਹਾ ਵੀ ਅਸੀਂ ਤਾਂ ਰੁਕੇ ਸਾਡੀ ਬੜੀ ਕਹਾ ਇਸ ਤਰ੍ਹਾਂ ਦੀ ਹੈ ਕਿ ਅਸੀਂ ਜਿਸ ਪਾਲਰਾਂ ਨੇ ਆਪਣੇ ਆਸ ਸੁਣਾਇਆ ਰਾਤ ਦਾ ਪਿਛਲੀ ਰਾਤ ਦਾ ਬਿਉਰਾ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਨਹੀਂ ਛੱਡੋ ਜੀ ਤੁਸੀਂ ਸਾਡੇ ਕੋਲ ਰਾਤ ਹੀ ਗੁਰਦੁਆਰੇ 'ਚ ਹੀ ਰਹੋ ਅਸੀਂ ਤੁਹਾਨੂੰ ਇੱਥੇ ਰੱਖਾਂਗੇ ਤੇ ਤੁਹਾਡੀ ਸੇਵਾ ਕਰਾਂਗੇ ਤੇ ਸਾਡੇ ਨਾਲ ਗੱਲਾਂ ਕਰਾਂਗੇ ਤੇ ਤੁਸੀਂ ਹੁਣ ਜਾਣਾ ਨਹੀਂ ਅਸੀਂ ਤੁਹਾਡੇ ਨਾਲ ਹੀ ਰਹਿਣਾ ਰਾਤ ਤੇ ਚਲੋ ਤੁਹਾਡਾ ਸਾਮਾਨ ਕਿੱਥੇ ਪਿਆ ਸੀਗਾ ਉਹ ਰੇਲਵੇ ਸਟੇਸ਼ਨ ਤੇ ਪਿਆ ਉਹ ਸਾਡੇ ਨਾਲ ਲਿਗੇ ਸਾਮਾਨ ਚੱਕ ਕੇ ਸਾਨੂੰ ਗੁਰਦੁਆਰਾ ਸਾਹਿਬ ਲੈ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਹੁਣ ਥੋੜਾ ਜਿਹਾ ਐਮਸਟਰਡਮ ਘੁੰਮ ਕੇ ਵੀ ਦੇਖਣਾ ਤੇ ਗੁਰਦੁਆਰਾ ਸਾਹਿਬ ਸਮਾਨ ਰੱਖ ਕੇ ਅਸੀਂ ਫਿਰ ਘੁੰਮਣ ਫਿਰਨ ਨਿਕਲ ਗਏ ਤੇ ਬਾਕੀ ਦਾ ਸਮਾਂ ਕਿਦਾਂ ਦਾ ਨਿਕਲਿਆ ਕਿਦਾਂ ਦੀ ਬੀਤੀ ਸਾਡੀ ਉਹਨਾਂ ਨੌਜਵਾਨਾਂ ਨਾਲ ਰਾਤ ਉਹ ਫਿਰ ਤੁਹਾਡੇ ਨਾਲ ਮੈਂ ਅਗਲੇ ਅੰਕ ਵਿੱਚ ਸ਼ੇਅਰ ਕਰਾਂਗਾ ਹੁਣ ਇਜ਼ਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ